ਤੁਹਾਡੇ ਵਾਲ ਤੇ ਤਿੰਨ ਟਰੈਕਟਰ ਲੈ ਕੇ ਆਏ ਆ, ਤਿੰਨੇ ਟਰੈਕਟਰ ਇੱਕੇ ਘਰੇ ਵਿਕਾਊਗਾ ਮਾਲਕ ਆਪਣੇ ਕੋਲੇ, ਲੈਣੇ ਜਾਣਕਾਰੀ। ਹਾਂਜੀ ਕੀ ਹਾਲ ਆ ਬਾਈ? ਠੀਕ ਆ ਬਾਈ, ਹੋਰ ਠੀਕ ਆ ਜੀ? ਹਾਂਜੀ ਹਾਂਜੀ ਵਧੀਆ ਜੀ। ਇਹ ਕਿਹੜਾ ਮਾਡਲ ਆ ਫਾਰਮ 60? ਇਹ ਬਾਈ ਜੀ 2005 ਮਾਡਲ ਆ ਜੀ। ਠੀਕ ਆ ਜੀ, 2005 ਮਾਡਲ, ਪੰਜਾਬ ਨੰਬਰ ਆ ਜੀ। ਠੀਕ ਆ, PV13 PV13 ਸੰਗਰੂਰ ਦਾ? ਸੰਗਰੂਰ ਦਾ ਜੀ। ਠੀਕ ਆ ਬਾਈ, ਪੂਰਾ ਨਵਾਂ ਟਰੈਕਟਰ ਆ ਬਾਈ। ਰੰਗ ਪੇਟ ਦਾ ਦੱਸੋ ਬਾਈ? ਰੰਗ ਪੇਟ ਦਾ ਸਾਰਾ ਰੀਨਲ ਆ ਵੀਰੇ। ਠੀਕ ਆ, ਬੰਦੇ ਦੇ ਆਹ ਏਜੰਸੀ ਵਿੱਚੋਂ ਪਲੇਟਫਾਰਮ ਜੀ 17-18 ਹਜ਼ਾਰ ਰੁਪਇਆ ਬੰਦੇ ਨੇ ਆਪ ਦੱਸਿਆ ਹੁੰਦਾ ਵੀ ਸਣੇ ਪੈਡਲ ਤੇ ਆ ਪੈਰ ਦਾ ਪਲੇਟਫਾਰਮ ਵੱਡਾ ਲਵਾਇਆ ਵਾ ਏਜੰਸੀ ਜੋ ਪਲੇਟਫਾਰਮ ਲਵਾਇਆ ਸੀ ਉਹ ਬੰਦਾ ਦਾ ਜੀ, ਤੋਂ ਆਪਾਂ ਟਰੈਕਟਰ ਲੈ ਕੇ ਆਏ ਹਾਂ। ਉਹ ਬਾਈ ਦੱਸਦਾ ਸੀ ਉਹਦਾ ਪਲੇਟਫਾਰਮ ਬਾਈ ਮੈਂ ਵੱਡਾ ਲੈ ਕੇ ਲਵਾਇਆ ਸੀ ਜਾਂਸੀ ਦੇ ਰੀਨਲ ਹਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਬਾਈ ਇਹਦੇ ਕੰਪਨੀ ਦੇ ਚਾਰੇ ਟਾਇਰ ਮੰਨ ਕੇ ਚੱਲ ਵੀ ਗੁਡੀਅਰ ਦੇ 90 ਪੈਸੇ ਟਾਇਰ ਕੰਪਨੀ ਦੇ ਟਾਇਰ ਕੰਪਨੀ ਦੇ ਆ ਗੁਡੀਅਰ ਦੇ ਹਾਂ ਦੇਸੀ ਨਿਕਟ ਨਵੇਂ ਪਵਾਏ ਨਵੇਂ ਪਵਾਏ 90 ਪੈਸੇ ਟਾਇਰ ਚੌਦ
ਆ ਇਹ ਬਾਈ ਜੀ 2005 ਚ ਨਾ ਇਹ ਮੰਨ ਲਓ ਇੱਕ ਸਾਈਡ ਕਟਾਈ ਵਾਲੇ ਨੇ ਟਰਾਈ ਵਿਆ ਹੋਇਆ ਹਨਾ ਇਹ ਇੱਕ ਸਾਈਡ ਕਟਾਈ ਹੈਗੀ ਇਹਨਾਂ ਦੀ ਸਟੀਅਰਿੰਗ ਇੰਨਾ ਰੇਲਾ ਪਾਵਰ ਸਟੀਅਰਿੰਗ ਹੀ ਲੱਗਦਾ ਜੋ ਬੰਦਾ ਉੱਤੇ ਬਹਿ ਕੇ ਚਲਾਊਗਾ ਟ੍ਰੈਕਟਰ ਨੂੰ ਠੀਕ ਆ ਇਹ ਐਂ ਭੁਲੇਖਾ ਪਾਊਗਾ ਵੀ ਸਟੀਅਰਿੰਗ ਪਾਵਰ ਹੈ ਇੱਕ ਪਾਸੇ ਕਹੀ ਹਾਂ ਇੱਕ ਪਾਸੇ ਸਟੀਅਰਿੰਗ ਦੀ ਕਟਾਈ ਆਉਂਦੀ ਹੈ ਆਏ ਹੈ ਸਟੀਅਰਿੰਗ ਹਾਂ ਉਹ ਮਾਡਲਾਂ ਦੇ ਓਰੀਜਨਲ ਹੀ ਓਰੀਜਨਲ ਆ ਸਾਰਾ ਟ੍ਰੈਕਟਰ ਕਾਰੀਗਰ ਨੂੰ ਲਿਆ ਕੇ ਚੈੱਕ ਕਰਾ ਲੇ ਇੰਨੀ ਗਰੰਟੀ ਆ ਵੀ ਵਾਹ ਕੇ ਲੈ ਜੇ ਵਾਹ ਕੇ ਲੈ ਜੇ ਕੋਈ ਚੱਕਰ ਨੀ ਯਾਰ ਸੌਦਾ ਟੋਕਲੇ ਵਾਲੇ ਟ੍ਰੈਕਟਰ ਨੂੰ ਕੀ ਡਿਮਾਂਡ ਆ ਡਿਮਾਂਡ ਬਾਈ 2,65,000 ਰੁਪਇਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਜੇ ਵੀਡੀਓ ਸ਼ੇਅਰ ਕਰਕੇ ਆਉਂਦਾ ਕੋਈ ਗੱਲ ਨੀ ਆਪਾਂ ਟ੍ਰੈਕਟਰ ਦੇ ਦਾਂਗੇ ਵੀਰੇ ਇੱਕੋ ਗੱਲ 2,50,000 ਰੁਪਏ ਦਾ ਟ੍ਰੈਕਟਰ ਦੇ ਦਾਂਗੇ 15,000 ਦਾ ਸਿੱਧਾ ਮਾਨਤਾ 15,000 ਦਾ ਸਿੱਧਾ ਮਾਨਤਾ ਨਕਾਤਾ ਬੈਂਪਰ ਬੂਪਰ ਟੂਲ ਵਾਲਾ ਹੈਵੀ ਬੈਂਪਰ ਸਭ ਕੁਝ ਨਾਲ ਆਈ ਜਿਵੇਂ ਟ੍ਰੈਕਟਰ ਵਿਖਾਇਆ ਰਿਵਰਸ ਸਪੀਡਗੋ ਆ ਰਿਵਰਸ ਸਪੀਡਗੋ ਰਿਵਰਸ ਸਪੀਡਗੋ 14 ਟਾਇਰਾਂ ਚ ਠੀਕ ਆ ਤੇ ਜਿਹੜਾ ਨਵਾਂ ਟ੍ਰੈਕਟਰ ਠੀਕ ਆ ਜਿਹੜਾ ਇਧਰ ਅਰਜਣਾ 605 605 10 ਮਾਡਲ ਠੀਕ ਆ ਨੰਬਰ ਪੰਜਾਬ ਸ੍ਰੀ ਮੁਕਤਸਰ ਸਾਹਿਬ ਦਾ ਹਾਂਜੀ 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 ਠੀਕ ਆ 10 ਮਾਡਲ ਪੰਜਾਬ ਨੰਬਰ ਮੂਹਰਲੇ ਟਾਇਰਾਂ ਦੀ ਗੱਲ ਕਰਕੇ ਪੋਲੋ ਦੇ ਟਾਇਰ ਹੈਗੇ 60-65% ਠੀਕ ਆ ਮਗਰਲੇ ਟਾਇਰਾਂ ਦੀ ਗੱਲ ਕਰਕੇ ਜੇ ਕੇ ਸੋਨਾ 90 ਪੈਸੇ ਜੁੜੀ 90 ਪੈਸੇ 16 ਦੇ ਟਾਇਰਾਂ ਚ ਵੀਰੇ ਠੀਕ ਆ ਰੰਗ ਪੇੜ ਪਾਵਰ ਸਟੀਅਰਿੰਗ ਤੇਲ ਬ੍ਰੇਕ ਰਿਵਰਸ ਵੀਡੀਓ ਠੀਕ ਆ ਫੁੱਲ ਟ੍ਰੋ ਮਾਡਲ ਆ ਜੀ ਸੈਂਟਰ ਗੇਅਰ ਦੇ ਨਾਲ ਸੈਂਟਰ ਗੇਅਰ ਵਾਲਾ ਇਹਨਾਂ ਦੀ ਮਾਰਕੀਟ ਦਾ ਜੀ ਹਾਂ ਸੈਂਟਰ ਗੇਅਰ ਆ ਤੇ ਇੰਜਨ ਗੇਅਰ ਦਾ ਟ੍ਰੈਕਟਰ ਆਪਣੇ ਨਾਲ ਬੰਦਾ ਵਾਹ ਕੇ ਚੈੱਕ ਕਰਕੇ ਫੇਰ ਸੌਦਾ ਲਾ ਲਓ ਰੰਗ ਪੇਟ ਦੱਸੋ ਰੰਗ ਪੇਟ ਬਾਈ ਤੁਸੀਂ ਚੈੱਕ ਕਰਾ ਦੇ ਸਾਰਾ ਰੀਜਨਲਾ ਛਤਰੀ ਨਵੀਂ ਲਵਗੀ ਹੈ ਚੈੱਕ ਕਰਾ ਦੇ ਉੱਤੇ ਵਧੀਆ ਜੀਪ ਵਾਲਾ ਲੈਦਰ ਲਵਾਇਆ ਵਾ ਕੋਈ ਮਾੜਾ ਕੱਪੜਾ ਨਹੀਂ ਲੱਗਿਆ ਠੀਕ ਆ ਡੰਡਾ ਫੱਟੀ ਛਤਰੀ ਸਾਰਾ ਕੋ ਨਾਲ ਮਿਲੂ ਸਾਰਾ ਸਮਾਨ ਨਾਲ ਜਿਵੇਂ ਸਮਾਨ ਹੈਗਾ ਐਂ ਮਿਲੂਗਾ ਨਾਲ ਠੀਕ ਆ ਬਾਈ ਟਾਇਰਾਂ ਟੂਰਾਂ ਦਾ ਓਕੇ ਆ ਟ੍ਰੈਕਟਰ ਕਾਗਜ਼ਾਂ ਪੱਤਰਾਂ ਦੀ ਆਪਣੀ ਗਾਰੰਟੀ ਆ ਕੋਈ ਲੋਨ ਨਹੀਂ ਟ੍ਰੈਕਟਰ ਤੇ ਨਗਦ ਕੈਸ਼ ਦਾ ਹੀ ਹੈ ਜੇ ਕਿਸੇ ਵੀਰ ਭਰਾ ਨੇ ਕਰਾਉਣਾ ਕਰਾ ਦੇਵੋਗੇ ਹਾਂ ਲੋਨ ਹੋ ਜੂਗਾ ਕੋਈ ਗੱਲ ਨਹੀਂ ਠੀਕ ਆ ਟ੍ਰੈਕਟਰ ਚ ਭੋਰਾ ਵੀ ਕਮੀ ਨਹੀਂ ਯਾਰ ਤੇ ਟ੍ਰੈਕਟਰ ਬੰਦਾ ਕਾਰੀਗਰ ਲਿਆਵੇ ਨਾਲ ਬੰਦਾ ਮਿਸਤਰੀ ਬੰਦੇ ਤੋਂ ਚੈੱਕ ਇਹ ਤਾਂ ਉੱਤੇ ਰਹਿ ਹੀ ਨਹੀਂ ਕੁਸ ਵਾ ਕੇ ਲੈ ਜੇ ਬੰਦਾ ਬਣਾ ਦੀ ਆਪਣੇ ਤੇ ਨਹੀਂ ਯਕੀਨ ਬੰਦੇ ਨੂੰ ਕੋਈ ਕਾਰੀਗਰ ਲਿਆ ਨਾਲ ਚੈੱਕ ਕਰਾ ਦੇ ਜਿਹੜੇ ਟ੍ਰੈਕਟਰ ਤਿਆਰ ਆ ਆਪਣੇ ਇਹ ਵੀਡੀਓ ਪਾਈ ਜਾਂਦੇ ਇਹਨਾਂ ਦੀਆਂ ਸਰਵਿਸਾਂ ਵਗੈਰਾ ਨਵੀਆਂ ਹੋਈਆਂ ਬਸ ਰੁਪਿਆ ਲਾਉਣ ਦੀ ਲੋੜ ਨਹੀਂ ਆਪਾਂ ਕਹਿ ਸਕਦੇ ਹਨਾ ਚੈੱਕ ਕਰਾ ਦੇ ਸਰਵਿਸਾਂ ਨਵੀਆਂ ਠੀਕ ਹੈ ਜਿਹੜੇ ਟ੍ਰੈਕਟਰ ਆਪਣੇ ਤਿਆਰ ਆ ਮੁਗਲੈਲ ਦੀਆਂ ਸਰਵਿਸਾਂ ਤੋਂ ਲੈ ਨਵੀਆਂ ਜਮਾਂ ਆ ਫਾਰਮ ਟ੍ਰੈਕ ਦੀ ਐਡ ਪਾਈ ਤੋਂ ਪਹਿਲਾਂ ਹੁਣ 5 ਮਿੰਟ ਪਹਿਲਾਂ ਇਹਦੀ ਸਰਵਿਸ ਨਵੀਂ ਹੋਈ ਆ ਠੀਕ ਆ ਨਵੀਆਂ ਸਰਵਿਸਾਂ ਮਿਲਣਗੀਆਂ ਤੁਹਾਨੂੰ ਇੰਜਨਾਂ ਦੀਆਂ ਆਏ ਨਹੀਂ ਵੀ ਤੇਲ ਮਾੜਾ ਹੋਊ ਜਾਂ ਆਏ ਹੋਊਗਾ ਠੀਕ ਆ ਬਾਈ ਦੂਜੇ ਨੰਬਰ ਤੇ ਆ ਜਾ ਇਹਦੀ ਵੀ ਸਲਾਈ ਚੈੱਕ ਕਰਾ ਦੇ ਨਵਾਂ ਹੀ ਆ ਤੇਲ ਤਾਂ
ਠੀਕ ਆ ਠੀਕ ਆ ਬਈ ਜਾ ਕੇ ਬੰਦੇ ਨੂੰ ਆਏ ਨੀ ਵੀ ਗਾਹਕ ਨੂੰ ਜਾ ਕੇ ਲਾਉਣ ਦੀ ਲੋੜ ਨਹੀਂ ਸਰਵਿਸ ਕਰਾਉਣੀ ਪੈਣੀ ਆ ਉਹ ਵੀ ਆਪਣੀ ਗਾਰੰਟੀ ਆ ਜੋੜ ਹੀ ਦੇਵੇ ਜਾ ਕੇ ਤਾਂ ਬਸ ਜਾਂ ਸ਼ਾਰ ਨੂੰ ਡੀਜ਼ਲ ਪਾ ਤੇ ਉਹਨੂੰ ਜੋੜ ਤੇ ਕੀ ਡਿਮਾਂਡ ਆ ਇਹਦੀ ਡਿਮਾਂਡ ਤਾਂ ਯਾਰ ਮੁੱਲ ਕਰਾਉਣ ਨੂੰ ਤਾਂ ਕੁਛ ਕਰਾਲਾ 385 ਕਰਾਲਾ 80 ਕਰਾਲਾ 75 ਕਰਾਲਾ ਜੇ ਬੰਦਾ ਤੇਰੀ ਕੋਈ ਵੀਡੀਓ ਵੇਖ ਕੇ ਆਉਂਦਾ ਸਕਰੀਨਸ਼ਾਟ ਲੈ ਕੇ ਆਉਂਦਾ ਵੀ ਮੈਂ ਬਾਈ ਦੀ ਵੀਡੀਓ ਵੇਖ ਕੇ ਆਇਆ ਠੀਕ ਆ ਸਾਡਾ ਕੀ ਮਾਨ ਤਾਨ ਕਰੇਗਾ ਠੀਕ ਆ ਇੱਕੋ ਮੁੱਲ ਮੁੱਲ ਕਰਾਲਾ 385 80 ਕਰਾਲਾ ਕਿੰਨਾ ਕਰਾਲਾ ਕਿੰਨੇ ਦਾ ਦੇਣੇਗਾ 3,65,000 ਦਾ ਰੇਟ ਦੇਣਾ 3,65,000 ਠੀਕ ਆ ਹਜੇ ਮਾੜੇ ਮਾੜੇ ਉੱਤੇ ਦਾਣੇ ਜੇ ਪਏ ਆ ਜੋੜੀ ਤੇ ਪਰ ਆਪਾਂ 95 ਪੈਸੇ ਆਉਣੇ 95 ਪੈਸੇ ਗਾਹਕ ਮੰਨ ਕੇ ਆਵੇ ਜੋੜੀ ਖਰੀ ਆ ਖਰੀ ਆ ਨਾਗ ਸਾਰੇ ਪੂਰੇ ਕਿੱਲੀਆਂ ਵਾਲੀ ਹੁੱਕ ਆ ਬਈ ਵੱਡੀ ਬਾਂਠਾਂ ਹੋ ਜਾਂਦੀਆਂ ਕਿੱਲੀਆਂ ਠੀਕ ਆ ਨਾਗ ਇਹਦੇ ਨਾਲ ਵੀ ਸਾਰੇ ਪੂਰੇ ਡੰਡਾ ਫੱਟੀ ਛਤਰੀ ਆ ਛਤਰੀ ਨਵੀਂ ਲਵਾਈਏ ਚੈੱਕ ਕਰਾ ਦੇ ਠੀਕ ਆ ਬਾਈ ਠੀਕ ਆ ਇੰਜਣ ਗੇਅਰ ਓਕੇ ਆ ਵਾਹ ਕੇ ਲੈ ਜੇ ਇਹਦੀ ਆਪਣੀ ਗਾਰੰਟੀ ਬਾਈ ਪੂਰੀ ਗਾਰੰਟੀ ਆ ਚਾਸ ਕਰੋ ਰੰਗ ਦੀ ਕੰਡੀਸ਼ਨ ਦਿਖਾ ਦੇ ਪੂਰੀ ਆ ਹਜੇ ਜਿਹੜੀਆਂ ਮੋਹਰਾਂ ਲੈਫਟ ਪੰਪ ਦੀਆਂ ਏਜੰਸੀ ਦੀਆਂ ਮੋਹਰਾਂ ਹੈ ਬਾਈ ਅਜੇ ਗਲੇ ਪਲੇ ਨੀ ਕਦੋਂ ਵੀ ਨਹੀਂ ਟੁੱਟੇ ਭੱਜਦੇ ਬਿਲਡਿੰਗ ਸੈਲਡ ਹੋਏ ਹੁੰਦੇ ਆ ਰੰਗ ਪੇਂਟ ਦਿਖਾ ਦੇ ਪੂਰਾ ਕੋਕਾ ਵੀ ਟ੍ਰੇਟਰ ਆ ਰਿਮਾਂ ਦੀ ਕੰਡੀਸ਼ਨ ਚੈੱਕ ਕਰਾ ਦੇ ਲੈ ਐ ਪਿਆ ਰਿਮ ਪੂਰੇ ਕੋਕੇ ਵਰਗੇ ਡਿਮਾਂਡ ਦੱਸ ਬਾਈ ਕੀ ਆ ਜੀ ਡਿਮਾਂਡ ਤਾਂ ਵੀਰੇ ਯਾਰ ਮੁੱਲ ਕਰਾਉਣ ਨੂੰ ਤਾਂ ਕੁਛ ਕਰਾ ਲੇ ਬੰਦਾ ਹਨਾ ਮੁੱਲ ਕਰਾਉਣ ਨੂੰ ਤਾਂ ਮੇਰਾ 3,10,000 ਲਾਇਆ ਵਾ ਠੀਕ ਆ ਜੇ ਬੰਦਾ ਕੋਈ ਤੁਹਾਡੀ ਕਹਿ ਦੇ ਬਾਈ ਦੀ ਵੀਡੀਓ ਵੇਖ ਕੇ ਮੈਂ ਤੇਰੇ ਕੋਲੇ ਪਹੁੰਚਿਆ ਬਾਈ ਤੇ ਤੇਰੇ ਮੂੰਹ ਨੂੰ ਇੱਕ ਠੀਕ ਆ ਵੀ ਤੂੰ ਵੀ ਆਉਣਾ ਚੱਲ ਕੇ ਸਾਡੇ ਕੋਲੇ ਐਡ ਪਾਉਣਾ ਆਪਾਂ ਤੇਰੇ ਵੀ ਸ਼ਾਬਾਸ਼ ਕਹਿੰਦੇ ਆ ਠੀਕ ਆ ਵੀ ਬੰਦੇ ਦੇ ਤੇਰੇ ਵੀ ਮਿਹਨਤ ਪੱਲੇ ਪਵੇ ਠੀਕ ਆ ਤੇਰੇ ਮੂੰਹ ਨੂੰ ਟ੍ਰੇਟਰ ਆਪਾਂ 3,00,000 ਤੇ ਆ 2,00,000 ਤੇ 85,000 ਦਾ ਟ੍ਰੇਟਰ ਦੇ ਦਾਂਗੇ 2,85,000 ਦਾ 3,10,000 ਮੁੱਲ ਆ 2,85,000 ਦਾ ਦੇ ਦੇਣਗੇ ਸਕਰੀਨਸ਼ਾਟ ਲੈ ਆਵੇ ਨਾਲ ਇੰਨਾ ਕੋਈ ਟੁੱਟਦਾ ਨਹੀਂ ਤੇ ਆਪਾਂ ਟੁੱਟੇ ਆ ਠੀਕ ਆ ਨਾ ਇਹ ਕਿਹੜੇ ਪਿੰਡ ਖੜੇ ਤਿੰਨੇ ਇਹ ਬਾਈ ਤਿੰਨੇ ਟ੍ਰੈਕਟਰ ਖੜੇ ਆ ਪਿੰਡ ਮੇਰਾ ਸੁਖਾਨੰਦ ਠੀਕ ਆ ਜੀ ਜ਼ਿਲ੍ਹਾ ਮੋਗਾ ਭਗਤੇ ਭਾਈ ਦੇ ਪਿੰਡ ਮੇਰਾ ਨੇੜੇ ਆ ਸੁਖਾਨੰਦ ਨੰਬਰ ਬੋਲਦੀ ਬਾਈ ਨੰਬਰ 94175 81582 ਇਹ ਨੰਬਰ ਤੇ ਜੇ ਕੋਈ ਵੀਰ ਨੇ ਕਿਸੇ ਨੇ ਫੋਟੋਆਂ ਪਾਉਣੀਆਂ ਜਾਂ ਕੋਈ ਜਾਣਕਾਰੀ ਲੈਣੀ ਹੋਵੇ ਟ੍ਰੇਡਰਾਂ ਬਾਰੇ ਤੇ ਆਪਣੇ ਨਾਲ ਗੱਲਬਾਤ ਕਰ ਸਕਦਾ ਠੀਕ ਹੈ ਜੇ ਬਾਈ ਜਾਂ ਸੇ ਮੋਬਾਈਲ ਨੰਬਰ ਨਾ ਲੱਗੇ ਤੇ ਵਟਸਐਪ ਕਾਲ ਕਰ ਸਕਦਾ ਇਸੇ ਨੰਬਰ ਤੇ ਵਟਸਐਪ ਚੱਲਦਾ ਰਹੂ 24 ਘੰਟੇ ਹਾਂ 24 ਘੰਟੇ ਵਟਸਐਪ ਕਾਲ ਕਰ ਸਕਦਾ ਕਈ ਵਾਰੀ ਸੈਲਵਾਨ ਦਾ ਨੰਬਰ ਨਹੀਂ ਲੱਗਦਾ ਰੇਂਜ ਘੱਟ ਹੁੰਦੀ ਹੈ ਕਈ ਵਾਰੀ ਠੀਕ ਆ ਬਾਈ ਫਿਰ ਆਪਣੇ ਨਾਲ ਵਟਸਐਪ ਕਾਲ ਕਰ ਸਕਦਾ ਠੀਕ ਆ ਬਾਈ ਤੇ ਨੰਬਰ ਦੁਬਾਰਾ ਫੇਰ ਬੋਲ ਦਿੰਦੇ ਹਾਂ 94175 81582 ਤੇ ਇਹ ਟ੍ਰੈਕਟਰਾਂ ਬਾਰੇ ਜੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਲੈ ਸਕਦਾ ਠੀਕ ਆ ਬਾਈ ਧੰਨਵਾਦ।